ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਖੋਰੇ ਸੱਚ ਸੰਤਾਲੀ ਦੇ ਲੈ ਕੇ ਮੈਂ ਪਹੁੰਚਿਆ ਹਾਂ ਅੱਜ ਪਿੰਡ ਮੁੰਡੇ, ਓਲਡ ਡਿਸਟ੍ਰਿਕਟ ਜੇਹਲਮ, ਅਤੇ ਹਾਲ ਜਿਹੜੀ ਹੈ ਡਿਸਟ੍ਰਿਕਟ ਚਕਵਾਲ। ਇਹ ਹੈ ਗੌਰਮੈਂਟ ਹਾਈ ਸਕੂਲ ਮੁੰਡੇ, ਜਿਹੜਾ ਕਿ ਕਦੀ ਪ੍ਰਾਇਮਰੀ, ਪ੍ਰਾਇਮਰੀ ਤੋਂ ਬਾਅਦ ਮਿਡਲ, ਔਰ ਮਿਡਲ ਤੋਂ ਬਾਅਦ ਜਿਹੜਾ ਫਿਰ ਹੋਇਆ ਇਹ ਹਾਈ ਸਕੂਲ। ਮੈਂ ਅੱਜ ਕਲਬਸ ਲੱਭ ਰਿਹਾ ਸੀ ਸਰਦਾਰ ਮਨਵੀਰ ਸਿੰਘ ਜੀ, ਸਰਦਾਰ ਮਨਵੀਰ ਸਿੰਘ ਕੋਹਲੀ ਜੀ, ਜਿਹੜੇ ਕਿ ਹਾਲ ਮੁਕਾਮ ਆਸਟ੍ਰੇਲੀਆ ਦੇ ਵਿੱਚ ਹੁੰਦੇ ਨੇ। ਉਹਨਾਂ ਦੇ ਫਾਦਰ ਸਵਰਗਵਾਸੀ ਜਿਹੜੇ ਨੇ ਉਹ, ਉਹਨਾਂ ਦਾ ਨਾਮ ਸੀ ਸਰਦਾਰ ਚਰਨਜੀਤ ਸਿੰਘ। ਉਹ ਪੈਦਾ ਹੋਏ ਸਰਦਾਰ ਈਸ਼ਰ ਸਿੰਘ ਜੀ ਦੇ ਘਰ, 1930 ਦੇ ਵਿੱਚ ਉਹਨਾਂ ਦੀ ਬਰਥ ਹੁੰਦੀ ਹੈ, ਔਰ ਇਸ ਸਕੂਲ ਦੇ ਵਿੱਚ ਉਹ ਪਾਸ ਕਰਦੇ ਨੇ ਆਪਣੀ ਮਿਡਲ। ਜੀ ਹਾਂ ਜੀ, ਇਹ ਸਰਦਾਰ ਹੀਰਾ ਸਿੰਘ ਆਯੁਰਵੈਦਿਕ ਸਕੂਲ ਹੈ, ਜਾਂ ਉਸ ਤੋਂ ਬਾਅਦ ਇਹਨੂੰ ਖਾਲਸਾ ਸਕੂਲ ਦਾ ਨਾਮ ਵੀ ਦਿੱਤਾ ਗਿਆ ਸੀ। ਇਹ ਕੁਛ ਕਲਾਸਿਸ ਨੇ, ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਅੱਜ ਵੀ ਉਹੀ, ਕਿਉਂਕਿ ਛੁੱਟੀ ਦੇ ਦਿਨ ਹੈ, ਸੰਡੇ ਹੈ, ਅਤੇ ਕਲਾਸਿਸ ਸਾਰੀਆਂ ਬੰਦ ਨੇ, ਔਰ ਸਕੂਲ ਦੀ ਇੰਤਜ਼ਾਮੀਆ ਦਾ ਮੈਂ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਹੈ ਇਸ ਸਕੂਲ ਨੂੰ ਦੇਖਣ ਵਾਸਤੇ। ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਆਰਟ ਵਰਕ ਜਿਹੜਾ ਦਰਵਾਜ਼ਿਆਂ ਦੇ ਉੱਤੇ, ਉਹ ਅੱਜ ਵੀ ਬਾਕੀ ਹੈ। ਗੱਲ ਹੋ ਰਹੀ ਸੀ ਸਰਦਾਰ ਮਨਵੀਰ ਸਿੰਘ ਔਰ ਉਹਨਾਂ ਦੇ ਫਾਦਰ ਸਰਦਾਰ ਚਰਨਜੀਤ ਸਿੰਘ ਜੀ ਦੀ, ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਵਾਸਤੇ ਮੈਂ ਇੱਥੇ ਪਹੁੰਚਿਆ ਹਾਂ। ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹ ਵੀ ਇੱਥੇ ਪੜ੍ਹੇ ਸਨ। ਉਹਨਾਂ ਦੇ ਚਾਰ ਚਾਚਾ ਜੀ ਨੇ ਤਾਲੀਮਾਂ ਜਿਹੜੀਆਂ ਸਨ ਇੱਥੇ ਹਾਸਿਲ ਕੀਤੀਆਂ ਸਨ, ਔਰ ਉਸ ਤੋਂ ਬਾਅਦ ਆ ਗਿਆ 47 ਔਰ ਉਹ ਲੋਕ ਮੂਵ ਕਰ ਗਏ ਈਸਟ ਪੰਜਾਬ ਨੂੰ। ਸਰਦਾਰ ਚੇਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਬਹੁਤ ਸਰਵਿਸਿਜ਼ ਨੇ। ਉਹ ਸਰਦਾਰ ਚੇਤ ਸਿੰਘ ਜੀ ਜਿਹੜੇ ਨੇ ਉਹ ਐਸੇ ਪਿੰਡ ਦੇ ਵਿੱਚ ਪੈਦਾ ਹੋਏ, ਔਰ ਉਹਨਾਂ ਨੇ ਆਪਣੇ ਫਾਦਰ ਸਰਦਾਰ ਹੀਰਾ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਸਕੂਲ ਜਿਹੜਾ ਸੀ ਉਹ ਬਣਵਾਇਆ ਸੀ। ਹਾਲੇ ਤੱਕ ਤਮਾਮ ਪ੍ਰਾਇਮਰੀ ਸੋਰਸਿਸ ਜਿਹੜੇ ਨੇ ਉਹ ਮੁਕੰਮਲ ਨੇ। ਮੇਰੇ ਨਾਲ ਨੇ ਇਸ ਵੇਲੇ ਰਿਟਾਇਰਡ ਸੂਬੇਦਾਰ ਮੇਜਰ ਮੁਹੰਮਦ ਰਮਜ਼ਾਨ ਸਾਹਿਬ, ਜਿਨ੍ਹਾਂ ਨੇ ਇੱਥੋਂ ਮਿਡਲ ਕੀਤੀ ਸੀ, ਉਹ ਹੁਣੇ ਹਰ ਸ਼ਗਿਰਦ ਨੇ ਇਸੇ ਸਕੂਲ ਦੇ। ਇਹ ਦੇਖੋ ਤੁਸੀਂ, ਇਹਨਾਂ ਨੇ ਰੁਤਬਾ ਪਾਇਆ, ਪਾਕ ਆਰਮੀ ਦੇ ਵਿੱਚ ਸਰਵਿਸਿਸ ਕੀਤੀਆਂ, ਔਰ ਆਪਣੇ ਸਕੂਲ ਦੇ ਵਿੱਚ ਖਲੋਤੇ ਹੋਏ ਨੇ। ਇਹਨਾਂ ਦੀ ਏਜ 83 ਈਅਰਸ ਓਲਡ। ਸਰਦਾਰ ਮਨਵੀਰ ਸਿੰਘ ਜੀ, ਤੁਹਾਡੇ ਜਿਹੜੇ ਤਾਇਆ ਜੀ ਨੇ ਸਰਦਾਰ ਜਸਬੀਰ ਸਿੰਘ, ਉਹਨਾਂ ਦੇ ਜਮਾਤੀ ਵੀ ਨੇ, ਇਹ ਕਲਾਸਮੇਟ ਨੇ, ਔਰ ਸਰਦਾਰ ਈਸ਼ਰ ਸਿੰਘ ਜੀ ਨੂੰ ਵੀ ਉਹ ਜਾਣਦੇ ਸਨ, ਔਰ ਸਰਦਾਰ ਚਰਨਜੀਤ ਸਿੰਘ ਤੁਹਾਡੇ ਫਾਦਰ ਨੂੰ ਵੀ ਜਾਣਦੇ ਸਨ। ਔਰ ਐਸੇ ਸਕੂਲ ਦੇ ਅੰਦਰ, ਮੈਂ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਮੈਨੂੰ ਇਹਨਾਂ ਨੇ ਦਿਖਾਇਆ ਕਿ ਤੁਹਾਡੇ ਦਾਦਾ ਜੀ ਦੇ ਹੱਥੀਂ ਲੱਗੀ ਹੋਈ ਟਹਿਲ ਸੇਵਾ ਕਰਵਾਈ ਵੀ ਮੌਜੂਦ ਹੈ, ਕਿ ਉਹਨਾਂ ਨੇ ਇਸ ਖਾਲਸਾ ਸਕੂਲ ਵਾਸਤੇ ਕੁਝ ਸਰਵਿਸਿਜ਼ ਦਿੱਤੀਆਂ ਸਨ। ਉਹ ਮੈਂ ਤੁਹਾਨੂੰ ਕਲਬ ਦਿਖਾਉਂਦਾ ਵਾਂ। ਉਰਦੂ ਟੈਕਸਟ ਵੀ ਲਿਖਿਆ ਹੋਇਆ, ਗੌਰਮੈਂਟ ਹਾਈ ਸਕੂਲ ਮੁੰਡੇ। ਇਹ ਦੇਖੋ, ਉਹ ਜਿਹੜੀ ਤੁਸੀਂ ਦੱਸੀ ਸੀ ਕਿ ਵੀ ਤੁਹਾਡੇ ਤਾਈ ਜੀ ਦੇ ਜਿਹੜੇ ਫਾਦਰ ਨੇ, ਉਹਨਾਂ ਦੇ ਜਿਹੜੇ ਅਜ਼ੀਜ਼ ਸਨ, ਜਿਹੜੇ ਫੋਤ ਹੋ ਗਏ ਸਨ, ਸਰਦਾਰ ਪ੍ਰੀਤਮ ਸਿੰਘ, ਉਹਨਾਂ ਦੇ ਨਾਮ ਦੇ ਉੱਤੇ ਪ੍ਰੀਤਮ ਡਿਓੜੀ ਬਣੀ ਹੋਈ ਹੈ। ਇੱਕ ਓਨਕਾਰ ਤੋਂ ਬਾਅਦ ਹੈ ਪ੍ਰੀਤਮ ਡਿਓੜੀ ਲਿਖਿਆ ਹੋਇਆ, ਔਰ ਉਸ ਤੋਂ ਬਾਅਦ ਉੱਤੇ ਦੇਖੋ ਤੁਸੀਂ ਫੋਰ ਹੈੱਡ ਦੇ ਉੱਤੇ ਅੱਜ ਵੀ ਜਿਹੜਾ ਹੈ ਉਹਨਾਂ ਦਾ ਹੀ ਨਾਮ ਲਿਖਿਆ ਹੋਇਆ, ਹੀਰਾ ਸਿੰਘ AV ਸਕੂਲ ਮੁੰਡੇ, ਇਨ ਦੀ ਲਿਵਿੰਗ ਮੈਮੋਰੀ ਆਫ ਹਿਸ ਫਾਦਰ। ਮਤਲਬ ਕਿ ਹੀਰਾ ਸਿੰਘ ਦੇਖੋ, ਸਰਦਾਰ ਚੀਤ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਬੇਟੇ ਹੋਏ ਨੇ ਹੀਰਾ ਸਿੰਘ ਦੀ, ਉਹਨਾਂ ਨੇ ਆਪਣੇ ਫਾਦਰ ਦੀ ਯਾਦ ਦੇ ਵਿੱਚ ਕਿੰਨਾ ਅੱਛਾ ਕੰਮ ਸੀ ਉਸ ਵੇਲੇ, ਕਿੰਨੀ ਪਿਆਰੀ ਸਰਵਿਸਿਸ ਸਨ ਕਿ ਜਿਹੜਾ ਕੋਈ ਫੋਤ ਹੋ ਜਾਂਦਾ ਸੀ ਜਾਂ ਮਰ ਜਾਂਦਾ ਸੀ, ਦੁਨੀਆ ਤੋਂ ਚਲਾ ਜਾਂਦਾ ਸੀ, ਸਵਰਗਵਾਸੀ ਹੁੰਦਾ ਸੀ, ਉਹਦੀ ਯਾਦ ਦੇ ਵਿੱਚ ਜਿਹੜਾ ਸੀ ਉਹ ਕੁਛ ਹੋਰ ਨਹੀਂ, ਬਹੁਤ ਜ਼ਿਆਦਾ ਪੈਸਾ ਵੇਸਟ ਨਹੀਂ ਸੀ ਕੀਤਾ ਜਾਂਦਾ, ਬਲਕਿ ਸਰਵਿਸਿਜ਼ ਦਿੱਤੀਆਂ ਜਾਂਦੀਆਂ ਸਨ ਕਿ ਉਹ ਬੱਚਿਆਂ ਵਾਸਤੇ ਕੋਈ ਐਸੀ ਚੀਜ਼ ਬਣਾ ਦਿੱਤੀ ਜਾਏ ਜਿੱਥੇ ਤਾਲੀਮ ਹਾਸਲ ਕਰਨ, ਪੜ੍ਹਨ ਔਰ ਅੱਗੇ ਵਧਣ ਔਰ ਕੌਮ ਔਰ ਮੁਲਕ ਦਾ ਨਾਮ ਰੋਸ਼ਨ ਕਰਨ। ਇਹ ਦੇਖੋ ਜੀ, ਉੱਤੇ ਤੁਸੀਂ ਤੁਹਾਨੂੰ ਨਜ਼ਰ ਆਏਗਾ ਗੁਰੂ ਖੰਡਾ ਸਾਹਿਬ ਨਜ਼ਰ ਆ ਰਿਹਾ, ਔਰ ਉਸ ਤੋਂ ਬਾਅਦ ਜਿਹੜਾ ਇਹ ਹਾਲ ਸਰਦਾਰ ਲਾਲਾ ਲਾਭ ਸਿੰਘ ਜੀ ਨੇ ਆਪਣੇ ਗੁਰਪੁਰ ਨਿਵਾਸੀ ਪਿਤਾ ਸਰਦਾਰ ਸੰਤ ਸਿੰਘ ਜੀ ਕੀ ਯਾਦ ਮੇਂ
ਤਮੀਰ ਕਰਵਾਇਆ 1923 ਦੇ ਵਿੱਚ ਇਹ ਹਾਲ ਜਿਹੜਾ ਸੀ ਉਹ ਤਮੀਰ ਕਰਵਾਇਆ ਸੀ ਸਰਦਾਰ ਲਾਲਾ ਲਾਭ ਸਿੰਘ ਜੀ ਨੇ ਸੰਤ ਸਿੰਘ ਜੀ ਦੇ ਯਾਦ ਦੇ ਵਿੱਚ। ਸਰਦਾਰ ਸੰਤ ਸਿੰਘ ਜਿਹੜੇ ਨੇ, ਮੈਂ ਉਹਨਾਂ ਦੇ ਮਤਲਬ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਜਾਵਾਂ ਕਿ ਸਰਦਾਰ ਸੰਤ ਸਿੰਘ ਖਾਲਸਾ ਹਾਈ ਸਕੂਲ ਨੰਬਰ 1 ਚਕਵਾਲ ਦੀ ਬੜੀ ਵੱਡੀ ਪਹਿਚਾਣ ਹੈ, ਜਿਹਦੀ ਕਿ ਬਿਲਡਿੰਗ ਮੈਂ ਪਹਿਲੇ ਤੁਹਾਨੂੰ ਹਾਈਲਾਈਟ ਕਰ ਚੁੱਕਿਆ ਵਾਂ। ਇਹ ਦੇਖੋ ਇੱਕ ਓਨਕਾਰ ਔਰ ਨਾਲ ਗੁਰੂ ਖੰਡੇ ਬਣੇ ਹੋਏ ਨੇ, ਔਰ ਉਸ ਤੋਂ ਬਾਅਦ ਲਿਖਿਆ ਹੋਇਆ ਹੈ ਹੀਰਾ ਸਿੰਘ ਖਾਲਸਾ ਸਕੂਲ ਮੁੰਡੇ ਜੇਲਮ ਕਾ ਬੁਨਿਆਦੀ ਪੱਥਰ ਆਜ ਮੋਰਖਾ 17 ਅਪ੍ਰੈਲ 1923 ਮੇਂ ਬਾਮੁਤਾਬਿਕ 4 ਵਿਸਾਖ 454 ਨਾਨਕ ਸ਼ਾਹੀ ਕੋ ਪਾਂਚ ਪਿਆਰੋ ਨੇ ਆਪਣੇ ਦਸਤੇ ਮੁਬਾਰਕ ਸੇ ਰੱਖਾ। ਹੀਰਾ ਸਿੰਘ ਖਾਲਸਾ ਸਕੂਲ ਮੁੰਡੇ ਜੇਲਮ ਫਾਊਂਡੇਸ਼ਨ ਸਟੋਨ ਲੇਡ ਬਾਏ 5 ਪਿਆਰਾਸ ਔਨ ਦੀ 17th April 1928। ਇਹ ਲਿਖਿਆ ਹੋਇਆ, ਉਸ ਤੋਂ ਬਾਅਦ ਜਿਹੜਾ ਅੱਗੇ ਹਾਲ ਸ਼ੁਰੂ ਹੋ ਜਾਂਦਾ ਹੈ। ਬਹੁਤ ਪਿਆਰਾ, ਬਹੁਤ ਖੂਬਸੂਰਤ ਹਾਲ ਹੈ, ਤੁਸੀਂ ਦੇਖੋ ਉਰਦੂ 'ਚ ਲਿਖਿਆ ਹੋਇਆ ਹਾਲ ਹੈ, ਲੇਕਿਨ ਇੰਝ ਲੱਗ ਰਿਹਾ ਕਿ ਜਿਵੇਂ ਅੱਜ ਬਣਿਆ ਹੋਏ। ਦੂਸਰੇ ਖਾਲਸਾ ਸਕੂਲਾਂ ਤਰ੍ਹਾਂ ਦੋ ਡਿਉੜੀਆਂ ਲੈਫਟ ਔਰ ਰਾਈਟ ਬਰਾਮਦੇ ਬਣੇ ਹੋਏ, ਔਰ ਉਹਨਾਂ ਦੇ 'ਚ ਕ੍ਰੋਸ ਵੈਂਟੀਲੇਸ਼ਨ ਦਾ ਸਿਸਟਮ, ਜਿਹੜਾ ਕਿ ਮੈਂ ਹਮੇਸ਼ਾ ਤੋਂ ਕਹਿੰਦਾ ਵਾਂ ਕਿ ਸਾਨੂੰ ਜਿਹੜੀ ਅੱਜ ਕੱਲ੍ਹ ਦੇ ਸਕੂਲ ਦੇ ਸਕੂਲਾਂ ਦੇ ਵਿੱਚ ਖਾਸ ਜ਼ਰੂਰਤ ਹੈ। ਇਹ ਸਾਹਮਣੇ ਵਾਲੀ ਬਿਲਡਿੰਗ ਹੈ ਜਿਹੜੀ, ਇਹ ਬਾਅਦ ਵਿੱਚ ਬਣੀ ਸੀ, ਲੇਕਿਨ ਮੇਨ ਕਮਰੇ ਜਿਹੜੇ ਸਨ ਇਹ ਵਾਲੇ ਪਹਿਲੇ ਬਣੇ ਸਨ। ਇਹ ਮੇਨ ਹਾਲ ਹੈ ਸਰਦਾਰ ਮਨਵੀਰ ਸਿੰਘ ਜੀ, ਜਿੱਥੇ ਤੁਹਾਡੇ ਫਾਦਰਸ ਸੈਰਮਨੀਜ਼ ਅਟੈਂਡ ਕਰਦੇ ਹੋਣਗੇ, ਸਕੂਲ ਦੇ ਵੱਲੋਂ ਜਿਹੜੇ ਪ੍ਰੋਗਰਾਮ ਹੁੰਦੇ ਹੋਣਗੇ। ਇਹ ਡਾਇਸ ਸੀ, ਇੱਥੇ ਹੀ ਸੁਣਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੁੰਦਾ ਸੀ ਸਕੂਲ ਟਾਈਮ ਦੇ ਵਿੱਚ। ਇਹ ਕਮਰਾ ਦੇਖ ਲਵੋ ਤੁਸੀਂ, ਇਹ ਤੁਸੀਂ ਦੇਖ ਕੇ ਬੜੇ ਖੁਸ਼ ਹੋਵੋਗੇ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਦਾਰ ਈਸ਼ਰ ਸਿੰਘ ਕੋਹਲੀ ਜੀ ਦੇ ਹੱਥਾਂ ਦੇ ਨਾਲ ਇਹ ਸਟੋਨ ਲੇਡ ਲੱਗਿਆ ਹੈ। ਇਹ ਕਮਰਾ ਸਰਦਾਰ ਈਸ਼ਰ ਸਿੰਘ ਜੀ ਖੁਲਫੁਲ ਸਦਕ ਸਰਦਾਰ ਹੀਰਾ ਸਿੰਘ ਸਾਹਿਬ ਨੇ ਤਮੀਰ ਕਰਵਾਇਆ 1923, ਯਾਨੀ ਕਿ ਤੁਹਾਡੇ ਦਾਦਾ ਜੀ ਨੇ ਇਹਦੇ ਵਾਸਤੇ ਸੇਵਾ ਕਰਵਾਈ ਹੈ ਇਹ ਕਮਰੇ ਵਾਸਤੇ। ਇਹ ਸਰਦਾਰ ਮਨਵੀਰ ਸਿੰਘ ਜੀ, ਲੋਕ ਅੱਜ ਵੀ ਬਹੁਤ ਬਹੁਤ ਦੁਆ ਕਰ ਰਹੇ ਨੇ। ਮੈਂ ਬਜ਼ੁਰਗਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਬੜੀ ਖੁਸ਼ੀ ਨਾਲ ਮੈਨੂੰ ਦੱਸਿਆ ਕਿ ਵੀ ਇਹ ਈਸ਼ਰ ਸਿੰਘ ਜੀ ਨੇ ਇਹ ਕਮਰਾ ਬਣਵਾਇਆ ਸੀ। ਇਹ ਸਰਦਾਰ ਗੋਪਾਲ ਸਿੰਘ ਜੀ ਦੀ ਸਟੋਨ ਲੇਡ ਬਾਈ ਹੈ, ਉਹਨਾਂ ਨੇ ਇਹ ਨੀਂਹ ਪੱਥਰ ਰੱਖਿਆ ਇਸ ਕਮਰੇ ਦਾ। ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਅੱਛਾ ਕੋਈ ਕੰਮ ਕਰਦਾ। ਤਮਾਮ ਸਟੋਨ ਲੇਡ ਬਾਈ ਆਪਣੀ ਓਰਿਜਨਲ ਹਾਲਤ ਦੇ ਵਿੱਚ ਨੇ ਅੱਜ ਵੀ, ਔਰ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਇਹ ਲੋਕ ਕਿੰਨੀ ਕਦਰ ਕਰ ਰਹੇ ਨੇ ਇਸ ਚੀਜ਼ ਦੀ, ਔਰ ਅੱਜ ਵੀ ਸ਼ੁਕਰਗੁਜ਼ਾਰ ਨੇ। ਇੱਧਰ ਸਾਇੰਸ ਲੈਬੋਰਟਰੀ ਹੈ, ਇਹ ਵੀ ਸਰਦਾਰ ਗੋਪਾਲ ਸਿੰਘ ਜੀ ਦੇ ਹੱਥਾਂ ਦਾ ਬਣਿਆ ਹੋਇਆ ਸਟੋਨ ਲੇਡ ਬਾਈ ਲੱਗਾ ਹੋਇਆ ਉਹਨਾਂ ਦਾ ਹੀ। ਇਹ ਸਰਦਾਰ ਰਾਮ ਸਿੰਘ ਜੀ ਦੇ ਡੋਨੇਸ਼ਨ 'ਤੇ ਬਣਿਆ ਹੋਇਆ ਕਮਰਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ ਚੱਲਣਾ ਵਾਂ ਹੈੱਡ ਮਾਸਟਰ ਸਾਹਿਬ ਦਾ ਕਮਰਾ, ਜਿੱਥੇ ਕਿ ਪੂਰੀ ਡਿਟੇਲ ਜਿਹੜੀ ਹੈ ਸਰਦਾਰ ਚੇਤ ਸਿੰਘ ਦੇ ਨਾਮ ਦੀ ਜਿਹੜੀ ਹੈ ਹਲੇ ਤੱਕ ਲੱਗੀ ਹੋਈ ਹੈ। ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਸਰ ਰਿਟਾਇਰਡ ਸੂਬੇਦਾਰ ਸਰਦਾਰ ਮੇਜਰ ਸਾਹਿਬ ਜਿਹੜੇ ਨੇ ਉਹਨਾਂ ਨਾਲ, ਮੁਹੰਮਦ ਰਮਜ਼ਾਨ ਸਾਹਿਬ ਨਾਲ ਗੱਲ ਕਰਾਂਗੇ, ਉਹ ਸਕੂਲ ਦੇ ਮੁਤਲਕ ਥੋੜ੍ਹੀ ਜਿਹੀ ਲੋ ਪਾਉਂਦੇ ਜਾਣਗੇ। ਇਹ ਜੀ ਜਿਹੜੇ ਨਵੇਂ ਕਮਰੇ ਬਣੇ ਨੇ ਉਹਨਾਂ ਦੇ ਵਿੱਚੋਂ ਇੱਕ ਕਮਰਾ ਜਿਹੜਾ ਹੈ ਉਹ ਹੈੱਡ ਮਾਸਟਰ ਸਾਹਿਬ ਦਾ ਕਮਰਾ ਹੈ। ਇਹ ਫਸਟ ਫਲੋਰ ਨੂੰ ਜਾਂਦਾ ਹੋਇਆ ਰਸਤਾ, ਜਿਹੜਾ ਕਿ ਉੱਤੇ ਦਰਸ਼ਨ ਡਿਉੜੀ ਬਣੀ ਹੋਈ ਹੈ ਉਸ ਵਾਸਤੇ। ਮਜ਼ੇਦਾਰੀ ਦੀ ਗੱਲ ਹੈ, ਪਹਿਲਾ ਸਕੂਲ ਮੈਂ ਦੇਖ ਰਿਹਾ ਵਾਂ ਕਿ ਜਿਹਦੇ ਵਿੱਚ ਪੂਰੇ ਪੂਰੇ ਇਹ ਮਾਸਟਰ ਹੈੱਡ ਮਾਸਟਰ ਸਾਹਿਬ ਦੀ ਕੁਰਸੀ ਹੈ ਪ੍ਰੋਪਰ, ਜਿਹੜੀ ਕਿ ਸਾਡੇ ਨੌਰਥ ਵੈਸਟ ਪੰਜਾਬ ਦੇ ਵਿੱਚ ਅੱਜ ਕੱਲ੍ਹ ਯੂਜ਼ ਹੁੰਦੀ ਹੈ। ਇਹ ਸਕੂਲ ਨੂੰ ਮਿਲੇ ਹੋਏ ਟਰੋਫੀਆਂ ਨੇ, ਇਹ ਤੁਸੀਂ ਦੇਖੋ ਬਾਕੀ ਸਾਥਜ਼ਾਦ ਬੈਠਣ ਦੀਆਂ ਮੀਟਿੰਗ ਕਰਨ ਵਾਸਤੇ ਜਿਹੜੀਆਂ ਚੇਅਰਜ਼ ਲੱਗੀਆਂ ਹੋਈਆਂ ਨੇ। ਸਰਦਾਰ ਚੇਤ ਸਿੰਘ ਦਾ ਜਿਹੜੇ ਨਿਵਾਸੇ ਨੇ ਜਾਂ ਪੋਤੇ ਨੇ ਉਹ ਆਏ ਸਨ, ਇੱਥੇ ਸੇਵਾ ਵੀ ਕਰਵਾਈ ਹੈ ਉਹਨਾਂ ਨੇ, ਔਰ ਇੱਥੇ ਦੇਖਣ ਵਾਸਤੇ ਵੀ ਆਏ ਸਨ। ਇਹ ਉਹਨਾਂ ਦੀ ਯਾਦਗਾਰ ਤਸਵੀਰ ਹੈ।
ਬਹੁਤ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਮੈਨੂੰ ਕੰਪਲੀਟ ਫੁੱਟ ਸਟੈਪਸ, ਜਿਹਨੂੰ ਕਹਾਂਗਾ ਕਿ ਖਾਲਸਾ ਰਾਜ ਫੁੱਟ ਸਟੈਪਸ ਜਿਹੜੇ ਨੇ ਮੈਨੂੰ ਬਿਲਕੁਲ ਕੰਪਲੀਟ। ਇਹ ਦੇਖੋ ਸਰਦਾਰ ਚੇਤ ਸਿੰਘ, ਫਾਊਂਡਰਸ ਆਫ ਸਰਦਾਰ ਹੀਰਾ ਸਿੰਘ ਖਾਲਸਾ ਹਾਈ ਸਕੂਲ ਮੁੰਡੇ। ਇਹ ਨੇ ਉਹ ਹਸਤੀ ਨੇ ਜਿਨ੍ਹਾਂ ਨੇ ਇਸ ਸਕੂਲ ਦੀ ਸਟੋਨ ਲੇਟ ਬਾਈ ਰੱਖੀ ਸੀ, ਔਰ ਅੱਜ ਵੀ ਤੁਸੀਂ ਦੇਖ ਲਓ ਕਿ ਉਹਨਾਂ ਦੇ ਤਸਵੀਰ ਜਿਹੜੀ ਹੈ ਇਸ ਸਕੂਲ ਦੇ ਅੰਦਰ ਮੌਜੂਦ ਹੈ। ਇਹਨੂੰ ਕਹਿੰਦੇ ਨੇ ਹਿਸਟਰੀ ਨੂੰ ਮੁਕੰਮਲ ਸਾਂਭ ਕੇ ਰੱਖਣਾ। ਇਹਨਾਂ ਲੋਕਾਂ ਨੇ ਹਿਸਟਰੀ ਨੂੰ ਸਾਂਭਿਆ ਪੂਰਾ। ਦੇਖੋ ਇਹਨਾਂ ਦੇ ਪੂਰੇ ਜਿਹੜੇ ਪਹਿਲੇ ਜਿਹੜੇ ਹੈੱਡ ਮਾਸਟਰ ਗੁਜ਼ਰੇ ਨੇ, ਸੰਤ ਰਾਮ ਸੇਠੀ, ਔਰ 1931 ਤੋਂ ਲੈ ਕੇ 1941 ਤੱਕ 10 ਸਾਲ ਤੱਕ ਰਹੇ ਨੇ। ਫਿਰ ਉਸ ਤੋਂ ਬਾਅਦ ਫਜ਼ਲ ਕਰੀਮ ਸਾਹਿਬ ਨੇ, ਫਿਰ ਕਾਦਰ ਬਖਸ਼ ਸਾਹਿਬ ਨੇ, ਕੁਰੇਸ਼ੀ ਸੁਲਤਾਨ, ਗੁਲਾਮ ਕਾਸਿਮ ਚੌਧਰੀ, ਸ਼ੇਰ ਮੁਹੰਮਦ, ਮੁਹੰਮਦ ਇਕਬਾਲ, ਮੌਲਾ ਦਾਦ ਸਾਹਿਬ, ਸੈਯਦ ਮੁਜ਼ੱਫਰ ਜ਼ੈਨ ਸ਼ਾਹ, ਗੁਲਜ਼ਾਰ ਅਹਿਮਦ ਕਾਜ਼ੀ ਔਰ ਚੌਧਰੀ, ਰਬ ਨਵਾਜ਼ ਸਾਹਿਬ ਜਿਹੜੇ ਨੇ। ਫਿਰ ਉਸ ਤੋਂ ਬਾਅਦ ਅਗਲੇ ਜਿਹੜੇ ਉਸਤਾਦ ਦਾਜ਼ ਨੇ ਉਹਨਾਂ ਦੇ ਨਾਮ ਜਿਹੜੇ ਨੇ ਇੱਥੇ ਦਰਜ ਕੀਤੇ ਹੋਏ ਨੇ। ਤੁਸੀਂ ਮੈਨੂੰ ਕੁਛ ਦੱਸਣਾ ਚਾਹ ਰਹੇ ਸੀ, ਤੁਸੀਂ ਸਰਦਾਰ ਸਾਹਿਬ ਮੈਨੂੰ ਕੁਛ ਦੱਸਣਾ ਚਾਹ ਰਹੇ ਸੀ ਸਕੂਲ ਦੇ ਬਾਰੇ 'ਚ, ਕੋਈ ਗੱਲ ਕਰਨਾ ਚਾਹ ਰਹੇ ਸੀ। ਜੀ, ਮੈਂ ਸਰਦਾਰ ਸਾਹਿਬ ਰਾਜ ਬਾਰੇ 'ਚ ਜਿਸ ਵਕਤ ਇਹਨਾਂ ਸਕੂਲ ਹਾਈ ਕਰਾਇਆ, ਤ੍ਰੈ ਗ੍ਰਾਂ ਏ ਜਿਹੜੇ ਬੇਟਿੰਗ ਡਿਸਟ੍ਰਿਕਟ 'ਚ, ਨੀਲਾ, ਬਲਕਸ ਔਰ ਮੁੰਡੇ, ਜੀ ਜੀ ਠੀਕ ਹੈ। ਅਤੇ ਉਹ ਦੋਵੇਂ ਜਿਹੜੇ ਨੇ ਉਹ ਰਹਿ ਗਏ, ਅਤੇ ਇਹ ਸਕੂਲ ਦੇ ਨਾਂ 1946 'ਚ ਹਾਈ ਕਰਾਇਆ। ਇਹਨਾਂ ਕੋਲ ਇਰਾਨ ਦੇ ਵਿੱਚ ਕਾਰੋਬਾਰ ਕਰਦੇ। ਅੱਛਾ, ਸਰਦਾਰ ਚੇਤ ਸਿੰਘ ਜੀ। ਜੀ ਵਾਹ ਜੀ ਵਾਹ। ਤ੍ਰੈ ਗ੍ਰਾਂ ਇਹ ਜਿਹੜੇ ਬਲਕਸਰ, ਮੁੰਡੇ, ਨੀਲਾ, ਜੀ ਜੀ, ਵੇਟਿੰਗ ਲਿਸਟ ਵਿੱਚ ਇਹਦਾ ਹਾਈ ਹੋਣਾ ਹੈ ਸਕੂਲ। ਜੀ ਜੀ, ਉਹ ਦੋ ਰਹਿ ਗਏ, ਇਹ ਨਾ ਹਾਈ ਕਰਾਵੇ ਦਾ। ਵਾਹ ਜੀ ਵਾਹ, ਇਤਨਾ ਬੜਾ ਕਾਰਨਾਮਾ ਇਹਨਾਂ ਸਰ ਅੰਜਾਮ ਦਿੱਤਾ। ਔਰ ਸਾਡੇ ਤੁਹਾਨੂੰ ਵੀ, ਤੁਸੀਂ ਵੀ ਖੁਸ਼ਕਿਸਮਤ ਹੋ ਕਿ ਤੁਸੀਂ ਇਸ ਸਕੂਲੇ ਆਪਣੀ ਮਿਡਲ ਪੜ੍ਹੀ। ਦਸਵੀਂ ਤੱਕ ਤੁਸੀਂ ਇੱਥੇ, ਮੈਟ੍ਰਿਕ ਤੱਕ ਇੱਥੇ ਪੜ੍ਹੇ ਹੋ। ਵੈਰੀ ਗੁੱਡ ਜੀ। ਸਰਦਾਰ ਮਨਬੀਰ ਸਿੰਘ ਜੀ ਇਹ ਤੁਹਾਡੇ ਚਾਚਾ ਜੀ ਦੇ ਕਲਾਸਮੇਟ ਨੇ, ਸਰਦਾਰ ਜਸਬੀਰ ਸਿੰਘ ਦੇ, ਜਸਬੀਰ ਸਿੰਘ ਇਹਨਾਂ ਦੇ ਜਮਾਤੀ ਸਨ। ਅਤੇ ਬੜੀ ਅੱਛੀ ਲੱਗੀ ਗੱਲ, ਤੁਸੀਂ ਕੀ ਪੈਗਾਮ ਦੇਵੋਗੇ ਜਿਹਨਾਂ ਲੋਕਾਂ ਨੇ ਇਹ ਸਕੂਲ ਬਣਾਇਆ ਜਾਂ ਇਹ ਸਰਵਿਸਿਜ਼ ਕੀਤੀਆਂ, ਤੁਸੀਂ ਇੱਥੋਂ ਪੜ੍ਹੇ ਹੋ, ਤੁਸੀਂ ਫਾਇਦਾ ਲਿਆ, ਤੁਹਾਨੂੰ ਕੀ, ਤੁਸੀਂ ਇਸ ਦੇ ਮਤਲਬ ਕੀ ਕਹਿੰਦੇ ਹੋ ਕਿ ਵੀ? ਮੈਂ ਇਹੀ ਕਹਿੰਦਾ ਆਪਣੀ ਤਰਫੋਂ, ਲਿਆਣੀ ਮੁੰਡੇ ਦੀ ਤਰਫੋਂ, ਉਹਨਾਂ ਦਾ ਇਹ ਸ਼ੁਕਰੀਆ ਅਦਾ ਕਰਨਾ ਕਿ ਜਿਹੜਾ ਇਹਨਾਂ ਇੱਥੇ ਕਾਰਨਾਮਾ ਕੀਤਾ। ਅੱਜ ਸਾਡੇ ਬੱਚੇ ਜਿਹੜੇ ਉਹ ਇੱਥੇ ਤਾਲੀਮ ਹਾਸਲ ਕਰ ਰਹੇ, ਅੱਲਾਹ ਦੇ ਹੁਕਮ ਨਾਲ ਤਾਲੀਮ ਯਾਫਤਾ ਹੋ ਰਹੇ। ਇਹ ਸਾਰਾ ਜਿਤਨਾ ਵੀ ਸਿਹਰਾ ਹੈ ਚੇਤ ਸਿੰਘ ਔਰ ਉਸਦੇ ਜਿਹੜੇ ਲਵਾਇਕੀਨ ਹਿੱਸਾ ਲਿਆ ਉਹਨਾਂ ਨੂੰ। ਜੀ, ਤੁਸੀਂ ਦੇਖਿਆ ਸਰਦਾਰ ਇਸ਼ਰ ਸਿੰਘ ਦੀ ਜੀ ਦੇ ਨਾਮ ਜੀ, ਉਹਨਾਂ ਦੇ ਨਾਮ ਦਾ ਵੀ ਇੱਕ ਕਮਰਾ ਜਿਹੜਾ ਉਹ ਬਣਿਆ ਹੋਇਆ, ਯਾਨੀ ਕਿ ਤੁਹਾਡੇ ਦੋਸਤ ਦੇ ਪਿਤਾ ਜੀ ਜਿਹੜੇ ਸਨ ਉਹਨਾਂ ਦੇ ਨਾਮ ਦਾ ਜਿਹੜਾ। ਅਤੇ ਤੁਸੀਂ ਕੀ ਦੱਸਦੇ ਹੋ ਕਿ 47 ਤੋਂ ਪਹਿਲੇ ਤੁਸੀਂ ਆਪਸ 'ਚ ਕਿੰਨਾ ਕੁ ਮੂੰਹ ਪਿਆਰ ਸੀ ਸਾਰਿਆਂ ਦਾ, ਸਭ ਇਕੱਠੇ ਰਹਿੰਦੇ ਸੀ, ਤੁਸੀਂ ਦੱਸਿਆ ਕਿ ਕੋਈ ਅੱਛਾ ਕੋਆਪਰੇਟ ਸੀ ਇੱਕ ਦੂਸਰੇ ਨਾਲ ਸ਼ਾਦੀ ਵਿਆਹ 'ਚ। ਇਹਨਾਂ ਦਾ ਅਗਰ ਉਹਨਾਂ ਦੀ ਸ਼ਾਦੀ ਹੈ ਤਾਂ ਉਹ ਖਾਣਾ ਜਿਹੜਾ ਮੁਸਲਮਾਨਾਂ ਨੂੰ ਡਰਾਈ ਰਾਸ਼ਨ ਦੇ ਦਿੰਦੇ ਸਨ। ਜੀ ਜੀ। ਅਤੇ ਅਗਰ ਮੁਸਲਮਾਨਾਂ ਦਾ ਹੋਵੇ ਤਾਂ ਇਹ ਉਹਨਾਂ ਨੂੰ ਡਰਾਈ ਰਾਸ਼ਨ ਦੇ ਕੇ ਅਤੇ ਆਪਣਾ ਵਿਆਹ ਸ਼ਾਦੀ ਜਿਹੜੀ ਹੈ ਉਹ ਕੰਬਾਈਨ ਇਕੱਠੇ ਹੋ ਕੇ ਉਸ ਵਿੱਚ ਹਿੱਸਾ ਲੈਂਦੇ ਸਨ। ਔਰ ਬਹੁਤ ਅੱਛਾ ਕੋਆਪਰੇਟ ਸੀ ਅਤੇ ਇੱਕ ਦੂਸਰੇ ਨਾਲ ਪਿਆਰ ਸੀ, ਮੁਹੱਬਤ ਸੀ। ਬਹੁਤ ਅੱਛੀ ਗੱਲ ਹੈ ਜੀ। ਇਹ ਸਨ ਰਿਟਾਇਰਡ ਸੂਬੇਦਾਰ ਮੇਜਰ ਜਨਾਬ ਮੁਹੰਮਦ ਰਮਜ਼ਾਨ ਸਾਹਿਬ, ਔਰ ਇਹਨਾਂ ਨੇ ਇਸੇ ਖਾਲਸਾ ਹਾਈ ਸਕੂਲ ਦੇ ਅੰਦਰ ਜਿਹੜੀ ਹੈ ਆਪਣੀ ਮੈਟ੍ਰਿਕ ਪੜ੍ਹੀ ਹੈ ਔਰ ਪਾਕਿਸਤਾਨ ਆਰਮੀ ਜੁਆਇਨ ਕੀਤੀ ਔਰ ਅੱਜ ਰਿਟਾਇਰਡ ਹੋਏ ਹੋਏ ਨੇ। ਔਰ ਇਹਨਾਂ ਦੀ ਗੱਲਬਾਤ ਸੀ ਸਰਦਾਰ ਚੇਤ ਸਿੰਘ ਜੀ ਬਾਰੇ ਕਿ ਵੀ ਮੈਂ ਬਹੁਤ ਸ਼ੁੱਕ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਔਰ ਮੇਰੇ ਪਿੰਡ ਦੇ ਲੋਕ ਜਿਹੜੇ ਨੇ ਅੱਜ ਕੁਆਲੀਫਾਈਡ ਹੋ ਰਹੇ ਨੇ ਜਾਂ ਅੱਜ ਪੜ੍ਹ ਰਹੇ ਨੇ, ਅਤੇ ਉਸ ਦਾ ਸਿਰਾ ਜਾਂਦਾ ਹੈ ਇਸ ਬੰਦੇ ਨੂੰ, ਸਰਦਾਰ ਚੇਤ ਸਿੰਘ ਜੀ ਨੂੰ।
ਅਤੇ ਮੈਂ ਵੀ ਮੇਰਾ ਵੀ ਸੈਲੂਟ ਹੈ ਇਹਨਾਂ ਨੂੰ ਕਿ ਇਹਨਾਂ ਨੇ ਇਹ ਖਿਦਮਾਤ ਜਿਹੜੀਆਂ ਨੇ ਇੰਨੀ ਗੁੰਮਨਾਮ ਜਗ੍ਹਾ ਜਿੱਥੇ ਇਹਦੇ ਮੁਤਲਕ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਹ ਇੰਨੀ ਖੂਬਸੂਰਤ ਜਗ੍ਹਾ ਜਿਹੜੀ ਹੈ ਉਹ ਦਾਨ ਕੀਤੀ ਜਾਏਗੀ, ਇੰਨੀ ਦੂਰ ਲਿਆ ਕੇ ਆਪਣਾ ਘਰ ਉੱਡਾ ਸੋਹਣਾ ਨਹੀਂ ਬਣਾਇਆ, ਆਪਣੀਆਂ ਹਮੇਲੀਆਂ ਆਪਣੀਆਂ ਬਾੜੀਆਂ ਇੰਨੀਆਂ ਵੱਡੀਆਂ ਨਹੀਂ ਬਣਾਈਆਂ, ਇਹਨਾਂ ਦੇ ਨਾਮ ਦੀ ਕੋਈ ਕੋਠੀ ਨਹੀਂ ਮੈਨੂੰ ਨਜ਼ਰ ਆਈ, ਕੋਈ ਵੱਡਾ ਘਰ ਨਹੀਂ ਨਜ਼ਰ ਆਇਆ, ਲੇਕਿਨ ਇਹਨਾਂ ਦੀ ਸਰਵਿਸਿਜ਼ ਸਨ ਸਿਰਫ ਔਰ ਸਿਰਫ ਤਮਾਮ ਲੋਕਾਂ ਵਾਸਤੇ, ਤਮਾਮ ਕਮਿਊਨਿਟੀ ਵਾਸਤੇ, ਕਿ ਤਮਾਮ ਕਮਿਊਨਿਟੀ ਜਿਹੜੀ ਹੈ ਉਹ ਐਜੂਕੇਟ ਹੋਵੇ, ਪੜ੍ਹੇ ਲਿਖੇ ਔਰ ਆਪਣੇ ਮੁਲਕ ਦਾ ਨਾਮ ਰੋਸ਼ਨ ਕਰੇ। ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਮੈਂ ਤੁਹਾਨੂੰ ਦਿਖਾ ਰਿਹਾ ਖਾਲਸਾ ਹਾਈ ਸਕੂਲ, ਸਰਦਾਰ ਹੀਰਾ ਸਿੰਘ ਖਾਲਸਾ ਹਾਈ ਸਕੂਲ, ਸਟੋਨ ਲੇਡ ਬਾਏ ਸਰਦਾਰ ਚੇਤ ਸਿੰਘ, ਵਿਲੇਜ ਮੁੰਡੇ, ਡਿਸਟ੍ਰਿਕਟ ਚਕਵਾਲ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਫੁੱਟਸਟੈਪਸ ਨੂੰ ਲੈ ਕੇ। ਅੱਜ ਮੈਂ ਦਿਖਾ ਰਿਹਾ ਸੀ ਤੁਹਾਨੂੰ ਮੈਂ ਅਨਸਿਸਟਰਸ ਵਿਲੇਜ ਆਫ ਸਰਦਾਰ ਮਨਵੀਰ ਸਿੰਘ, ਉਹਨਾਂ ਦੇ ਫਾਦਰ ਦਾ ਨਾਮ ਸੀ ਸਰਦਾਰ ਚਰਨਜੀਤ ਸਿੰਘ ਔਰ ਉਹਨਾਂ ਦੇ ਦਾਦਾ ਜੀ ਦਾ ਨਾਮ ਸੀ ਸਰਦਾਰ ਈਸ਼ਰ ਸਿੰਘ। ਤਾਂ ਦੇਖਦੇ ਰਹੋ ਫਿਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।